ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਅਰਦਾਸ ਕਾਲਕਾ ਰੋਡ ਰਾਜਪੁਰਾ, ਸਮੂਹ ਨਾਨਕ ਨਾਂ ਲੇਵਾ ਸਿੱਖ ਸੰਗਤਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਜੀ। ਸੋ ਜਿੰਨੇ ਵੀ ਸਿੱਖ ਨੌਜਵਾਨ ਵੀਰ ਹਨ, ਸੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ ਇਹ ਸਿੱਖ ਕੌਮ ਨੂੰ ਬਚਾਉਣ ਵਾਸਤੇ, ਸੋ ਜਿੰਨੇ ਵੀ ਮੇਰੇ ਵੀਰ ਸਿੱਖ ਪੁਣੇ ਨੂੰ ਖਤਮ ਕਰਦੇ ਜਾ ਰਹੇ ਹਨ, ਆਪਣੇ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਨਸ਼ਿਆਂ ਵੱਲ ਵੱਧਦੇ ਜਾ ਰਹੇ ਹਨ, ਸੋ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਬੱਚੇ ਸਾਡੀ ਕੌਮ ਤੋਂ ਵਾਰ ਕੇ ਸਾਡੀ ਕੌਮ ਨੂੰ ਇੱਕ ਨਵਾਂ ਵਿਲੱਖਣ ਰੂਪ ਦਿੱਤਾ ਹੈ, ਸੋ ਇਸ ਰੂਪ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰੋ, ਸਿੱਖੀ ਸਰੂਪ ਦੇ ਵਿੱਚ ਆਓ, ਅੰਮ੍ਰਿਤ ਛਕੋ, ਸਿੰਘ ਸਜੋ, ਬਾਣੀ ਦੇ ਨਾਲ ਜੁੜੋ, ਤਾਂ ਕਿ ਪੂਰੀ ਵਰਲਡ ਦੇ ਵਿੱਚ ਸਾਡੇ ਸਿੱਖ ਕੌਮ, ਸਾਡੀ ਸਿੱਖ ਭਾਈਚਾਰੇ ਦੀ ਅਲੱਗ ਪਹਿਚਾਣ ਹੋ ਸਕੇ। ਸੋ ਸਿੱਖੀ ਸਰੂਪ ਨੂੰ ਸੰਭਾਲਣ ਦੀ ਬੇਨਤੀ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।